एक हिंदू नू उतार के सुंदर शाम नू ते हुण उत्थे तीन आदमियों नू लिया गया ते तिन्ने सिख ले गए ने उहदे च प्रगट सिंह एक साफ सुथरा चेहरा वा संगत सिंह गिलजियां जिहड़े ने उह बैकवर्ड क्लास नाल तुलक रखदे आ ते जे राणा गुरजीत अगर टेंटेड ना हुंदा ते शायद इह गल गुजारा हो जांदा सारा इलैक्शन यही शोर मची जाना खड्डां दे घोटाले आ गए खड्डां दा माफिया आ गया इहदे नाल चंगा वा कि दुआबे चों कोई फिर दलित चेहरा लैण साफ सुथरा पढ़िया लिखिया चेहरा अच्छा ਸਾਡਾ ਸਿਰਫ ਉਹਨਾਂ ਨੂੰ ਇਹ ਗਰਾਊਂਡ ਰਿਐਲਿਟੀ ਦੱਸਣ ਦਾ ਹੈਗਾ ਕਿ ਅਗਰ ਇੱਥੇ ਕੁਝ ਗਲਤ ਹੋ ਰਿਹਾ ਹੈਗਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਦੇ ਨਾਲ ਤੇ ਉਹਨਾਂ ਨੂੰ ਅਗਾਹ ਕੀਤਾ ਜਾਵੇ। ਭਾਵੇਂ ਕਿ ਕਈ ਅਟਕਲਾਂ ਮਗਰੋਂ ਸੁਖਜਿੰਦਰ ਰੰਧਾਵਾ ਸੁਨੀਲ ਜਾਖੜ ਦੀ ਥਾਂ ਤੇ ਚਰਨਜੀਤ ਚੰਨੀ ਕੈਪਟਨ ਅਮਰਿੰਦਰ ਦੇ ਅਸਤੀਫੇ ਮਗਰੋਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਨੇ ਤੇ ਉਹਨਾਂ ਦੀ ਨਵੀਂ ਕੈਬਨਿਟ ਵੀ ਬਣ ਜਾ ਰਹੀ ਹੈ। नवी कैबिनेट विच एक चेहरा जो कि राणा गुरजीत सिंह है उन्हां खिलाफ पंजाब दे कई कांग्रेसी लीडर नवजोत सिद्धू नूं मिलन पहुंचे ने जिन्हां विच एमएलए नवतेज चीमा एमएलए बाबा हैनरी ते एमएलए बलविंदर सिंह धालीवाल समेत सुखपाल खहरा शामिल ने। अपने प्रेजिडेंट ने नवजोत सिंह सिद्धू असीं इन्हां दे कोल ही आउणा ना जदों सानूं कोई लग रहा कि कुछ गलत हो रहा और अज दुआबे च बहुत ज़्यादा लोगों च रिजेंटमेंट आ ਸਾਡੇ ਕਾਂਗਰਸ ਦੇ ਵਰਕਰਾਂ 'ਚ ਕੇਡਰ 'ਚ ਲੀਡਰਸ਼ਿਪ 'ਚ ਐੱਮ ਐੱਲ ਏਜ਼ 'ਚ ਇਹ ਇੱਥੋਂ ਤੱਕ ਰਿਜੈਂਟਮੈਂਟ ਆ ਕਿ ਲੋਕ ਕਹਿੰਦੇ ਨੇ ਕਿ ਇਹ ਪਾਰਟੀ ਨੂੰ ਦਿੱਲੀ ਤੱਕ ਤੁਸੀਂ ਸਾਡੀ ਗੱਲ ਪਹੁੰਚਾਓ। ਸੋ ਪਾਰਟੀ ਨੂੰ ਪਹੁੰਚਾਉਣ ਵਾਸਤੇ ਮਾਧਿਅਮ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਘਰ ਅਸੀਂ ਆਏ ਹਾਂ ਉਹਨਾਂ ਨੇ ਸਾਡੀ ਗੱਲ ਅੱਛੀ ਤਰ੍ਹਾਂ ਸੁਣੀ ਆ ਔਰ ਸਾਨੂੰ ਉਮੀਦ ਹੈ ਕਿ ਸਾਡੇ ਜਜ਼ਬਾਤਾਂ ਦੀ ਉਹ ਕਦਰ ਕਰਨਗੇ। ਕਾਰਨ ਇਹ ਆ ਕਿ ਜਿਹੜਾ ਨਹੀਂ ਵਿਧਾਇਕਾਂ ਦੀ ਨਫ਼ਰੀ ਛੱਡ ਦਿਓ ਸਾਰਾ ਦੁਆਬੇ ਦੇ ਵਿਧਾਇਕ ਜਿਹੜੇ ਨੇ ਉਹ ਨਾਲ ਨੇ ਨਫ਼ਰੀ ਦੀ ਗੱਲ ਨਹੀਂ ਗੀ ਗੱਲ ਸਿਧਾਂਤਕ ਆ ਕਿ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਅਸੀਂ ਕੈਬਨਿਟ ਰੀਸ਼ਫਲ ਕਰ ਰਹੇ ਹਾਂ ਅਸੀਂ ਕੁਝ ਆਦਮੀ ਡ੍ਰੌਪ ਕਰ ਰਹੇ ਹਾਂ ਕਿਉਂਕਿ ਉਹਨਾਂ ਦੇ ਕੁਝ ਛੋਟੇ ਮੋਟੇ ਇਲਜ਼ਾਮ ਸੀਗੇ ਅਤੇ ਅਸੀਂ ਜਿਹੜੀ ਇੰਡਕਸ਼ਨ ਕਰ ਰਹੇ ਹਾਂ ਤੁਸੀਂ ਉਹ ਜਿਹਨਾਂ ਨੂੰ ਉਤਾਰਨੇ ਆ ਉਹਨਾਂ ਨੂੰ ਕਈ ਗੁਣਾ ਜ਼ਿਆਦਾ ਸੰਗੀਨ ਇਲਜ਼ਾਮਾਂ ਵਾਲੇ ਬੰਦੇ ਨੂੰ ਕਿੱਦਾਂ ਲੈ ਸਕਦੇ ਹੋ। ਰਾਣਾ ਗੁਰਜੀਤ 'ਤੇ ਜਿਹੜਾ ਖੱਡਾਂ ਦਾ ਮਾਮਲਾ ਸੀ ਉਹਦਾ 25 ਕਰੋੜ ਰੁਪਈਆ ਅੱਜ ਵੀ ਜ਼ਬਤ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਉਸਦੀ ਇਨਵੈਸਟੀਗੇਸ਼ਨ ਕਰ ਰਹੀ ED ਔਰ 5 ਕਰੋੜ ਰੁਪਇਆ ਇਹਨਾਂ ਨੇ ਇਸ ਤਰ੍ਹਾਂ ਦਾ ਲੈ ਲਿਆ ਸੀ ਰਾਜਵੀਰ ਐਂਟਰਪ੍ਰਾਈਜ਼ ਜਿਹੜੀ ਇਹਨਾਂ ਦੇ ਖਾਨਸਾਮੇ ਦੀ ਫਰੰਟ ਕੰਪਨੀ ਸੀ ਅਮਿਤ ਬਹਾਦਰ ਨੇ ਜਿਹੜੇ ਪੈਸੇ ਪਾਏ ਸੀਗੇ ਇਹਨਾਂ ਦੀ ਬੇਨਾਮੀ ਕੰਪਨੀ ਸੀ 5 ਕਰੋੜ ਰੁਪਇਆ ਦਾ ਇਹਨਾਂ ਨੇ ਲਿਆ ਵਾ ਉਹਦੇ ਤੋਂ ਗੁਰਿੰਦਰ ਸਿੰਘ ਏਲੀਅਸ ਪਾਪਾ ਜਿਸ ਨੇ ਇਰੀਗੇਸ਼ਨ ਦੇ ਵਿੱਚ 2000 ਕਰੋੜ ਦਾ ਘੁਟਾਲਾ ਕੀਤਾ। ਸਾਡੀ ਸਰਕਾਰ ਨੇ ਸਭ ਤੋਂ ਪਹਿਲਾਂ ਘੁਟਾਲਾ ਇਰੀਗੇਸ਼ਨ ਦਾ ਗੁਰਿੰਦਰ ਪਾਪਾ ਹੀ ਫੜਿਆ ਸੀਗਾ 2000 ਕਰੋੜ ਦਾ ਅਤੇ ਰਾਣਾ ਗੁਰਜੀਤ ਦੀ ਜਿਹੜੀ ਕੰਪਨੀ ਆ ਮਿਸਿਸ ਰਾਜਵੀਰ ਐਂਟਰਪ੍ਰਾਈਜ਼ ਉਹਦੇ ਜਸਟਿਸ ਨਾਰੰਗ ਦੀ ਰਿਪੋਰਟ ਵਿੱਚ ਦਰਜ ਆ ਕਿ 5 ਕਰੋੜ ਰੁਪਇਆ ਥਰੂ ਬੈਂਕ ਉਹ ਸਕੈਮਸਟਰ ਤੋਂ ਲਿਆ ਜਿਹਦੇ 'ਤੇ 2 ਕਰੋੜ ਦਾ ਇਲਜ਼ਾਮ। ਸਿੱਧੂ ਸਾਹਿਬ ਕੀ ਕਹਿੰਦੇ ਹੁਣ ਥੋੜ੍ਹੀ ਗੱਲਬਾਤ ਸੁਣੀ? ਸਿੱਧੂ ਸਾਹਿਬ ਸਾਡੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਕਿਹਾ ਜੇ ਤੁਹਾਡੇ ਜਿਹੜੇ ਜਜ਼ਬਾਤ ਨੇ ਇਹਦੀ ਤਰਜਮਾਨੀ ਮੈਂ ਡਾਇਰੈਕਟਲੀ ਹਾਈਕਮਾਂਡ ਤੱਕ ਪਹੁੰਚਦੀ ਕਰ ਦੂੰਗਾ। ਉਹਨਾਂ ਦਾ ਕੰਮ ਇਹੀ ਹੈ ਔਰ ਸਾਨੂੰ ਉਮੀਦ ਹੈ ਕਿ ਹਾਈਕਮਾਂਡ ਜ਼ਰੂਰ ਸਾਡੀ ਗੱਲ ਸੁਣ। ਦੂਸਰਾ ਹੈਗਾ ਕਿ ਦੁਆਬਾ ਜਿਹੜਾ ਰੀਜਨ ਹੈ ਨਾ ਇਹਦੇ 'ਚ ਸਭ ਤੋਂ ਜ਼ਿਆਦਾ 38% ਰਿਪ੍ਰੈਜੈਂਟੇਸ਼ਨ ਜਿਹੜੀ ਉਹ ਦਲਿਤ ਭਾਈਚਾਰੇ ਦੀ ਆ। ਤੁਸੀਂ ਸਾਰੇ ਜਾਣਦੇ ਹੋ ਇੱਕ ਹਿੰਦੂ ਨੂੰ ਉਤਾਰ ਕੇ ਸੁੰਦਰ ਸ਼ਾਮ ਨੂੰ ਅਤੇ ਹੁਣ ਉੱਥੇ ਤਿੰਨ ਆਦਮੀਆਂ ਨੂੰ ਲਿਆ ਗਿਆ ਅਤੇ ਤਿੰਨੇ ਸਿੱਖ ਲੈ ਗਏ ਨੇ ਉਹਦੇ 'ਚ ਪ੍ਰਗਟ ਸਿੰਘ ਇੱਕ ਸਾਫ਼ ਸੁਥਰਾ ਚਿਹਰਾ ਵਾ ਸੰਗਤ ਸਿੰਘ ਗਿਲਜੀਆਂ ਜਿਹੜੇ ਨੇ ਉਹ ਬੈਕਵਰਡ ਕਲਾਸ ਨਾਲ ਤੁਲਕ ਰੱਖਦੇ ਆ ਅਤੇ ਜੇ ਰਾਣਾ ਗੁਰਜੀਤ ਅਗਰ ਟੈਂਟਡ ਨਾ ਹੁੰਦਾ ਤਾਂ ਸ਼ਾਇਦ ਇਹ ਗੱਲ ਗੁਜ਼ਾਰਾ ਹੋ ਜਾਂਦਾ। ਸਾਡੀ ਇਲੈਕਸ਼ਨ 3 ਮਹੀਨੇ ਅੱਗੇ ਆ ਸਾਰਾ ਇਲੈਕਸ਼ਨ ਇਹੀ ਸ਼ੋਰ ਮਚੀ ਜਾਣਾ ਖੱਡਾਂ ਦੇ ਘੁਟਾਲੇ ਆ ਗਏ ਖੱਡਾਂ ਦਾ ਮਾਫੀਆ ਆ ਗਿਆ ਇਹਦੇ ਨਾਲ ਚੰਗਾ ਵਾ ਕਿ ਦੁਆਬੇ 'ਚੋਂ ਕੋਈ ਫਿਰ ਦਲਿਤ ਚਿਹਰਾ ਲੈਣ ਸਾਫ਼ ਸੁਥਰਾ ਪੜ੍ਹਿਆ ਲਿਖਿਆ ਚਿਹਰਾ ਅੱਛਾ ਜਾਂ ਨਾਲ ਨਾਲ ਕਿਸੇ ਹਿੰਦੂ ਨੂੰ ਰਿਪ੍ਰੈਜੈਂਟੇਸ਼ਨ ਇਹ ਸਾਡਾ ਰੀਜਨ ਇਸ ਤਰ੍ਹਾਂ ਦਾ ਵਾ ਔਰ ਸਾਨੂੰ ਉਮੀਦ ਹੈ ਕਿ ਪਾਰਟੀ ਸਾਡੀ ਗੱਲ ਜ਼ਰੂਰ ਸੁਣੇਗੀ। ਗੁਜ਼ਾਰਿਸ਼ ਹੈ ਕਿ ਸਾਡੇ ਪ੍ਰਧਾਨ ਸਾਹਿਬ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸਾਨੂੰ ਟਾਈਮ ਦਿੱਤਾ ਕਿਉਂਕਿ ਅਸੀਂ ਆਪਣੇ ਫੋਰਮ ਦੇ ਉੱਤੇ ਪਾਰਟੀ ਦੇ ਫੋਰਮ ਦੇ ਉੱਤੇ ਉਹਨਾਂ ਨੂੰ ਆ ਕੇ ਜਿਹੜੀ ਸਾਡੀਆਂ ਕਾਂਗਰਸ ਪਾਰਟੀ ਦੇ ਵਰਕਰ ਸਾਹਿਬਾਨ ਦੀਆਂ ਗ੍ਰੀਵੈਂਸਿਸ ਹੈ ਉਹਨਾਂ ਨੂੰ ਵਿਸਤਾਰ ਨਾਲ ਦੱਸੀਆਂ ਉਹਨਾਂ ਨੇ ਉਹਨੂੰ ਸੁਣਿਆ ਅਤੇ ਹਾਈ ਕਮਾਂਡ ਨੂੰ ਰਿਲੇ ਕਰਤਾ। ਸਰ ਕੀ ਲੱਗਦਾ ਤੁਸੀਂ ਚਿੱਠੀ ਵੀ ਲਿਖੀ ਸੀ ਉਹਨਾਂ? ਬਿਲਕੁਲ ਲਿਖੀ ਹੈ ਜੀ। ਚਿੱਠੀ ਦੇ ਵਿੱਚ ਕਿੱਦਾਂ ਦੇ ਇਲਜ਼ਾਮ ਲੱਗੇ ਨੇ? ਕਹਿੰਦੇ ਇਲਜ਼ਾਮ ਲੱਗੇ ਨੇ ਜਿਹੜੇ ਹੈਗੇ ਮਾਈਨਿੰਗ ਨੂੰ ਲੈ ਕੇ ਇਲਜ਼ਾਮ। ਬਿਲਕੁਲ ED ਦੇ ਵਿੱਚ ਜਾਂਚ ਆ ਰਹੀ ਹੈ ਫਿਰ ਸਿੱਧਾ ਕਿੱਦਾਂ ਥੋੜੀ ਪਹਿਲਾਂ ਸਹਿਮਤੀ ਵੀ ਲਿੱਤੀ ਗਈ ਜਦੋਂ ਕੈਬਨਿਟ? ਸਰ ਸਾਡਾ ਪ੍ਰੀਓਗੇਟਿਵ ਨਹੀਂ ਹੈ, ਅਸੀਂ CLP ਦੇ ਵਿੱਚ ਇਹ ਸਾਰਾ ਅਧਿਕਾਰ ਜਿਹੜਾ ਹੈਗਾ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਰਾਹੁਲ ਜੀ ਨੂੰ ਦੇ ਚੁੱਕੇ ਹੈਗੇ। ਇਹ ਉਹਨਾਂ ਦਾ ਪ੍ਰੀਓਗੇਟਿਵ ਹੈ, ਸਾਡਾ ਸਿਰਫ ਉਹਨਾਂ ਨੂੰ ਇਹ ਗਰਾਊਂਡ ਰਿਐਲਿਟੀ ਦੱਸਣ ਦਾ ਹੈਗਾ ਕਿ ਅਗਰ ਇੱਥੇ ਕੁਝ ਗਲਤ ਹੋ ਰਿਹਾ ਹੈਗਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਦੇ ਨਾਲ ਤੇ ਉਹਨਾਂ ਨੂੰ ਅਗਾਹ ਕੀਤਾ ਜਾਵੇ। ਸਿੱਧੂ ਸਾਹਿਬ ਨੇ ਕੀ ਆਸ਼ਵਾਸਨ ਕੀ ਦਿੱਤਾ? ਸਿੱਧੂ ਸਾਹਿਬ ਨੇ ਅੱਗੇ ਲਿਖਤਾ।